ਜਿਹੜੇ ਮੋਮੋਸ ਹੁੰਦੇ ਆ ਉਹਨਾਂ ਨਾਲ ਕੈਂਸਰ ਹੋ ਸਕਦਾ? ਜ਼ਿਆਦਾਤਰ ਲੋਕਾਂ ਦਾ ਫੇਵਰੇਟ ਫੂਡ ਆ ਮੋਮੋ, ਪਰ ਜ਼ਿਆਦਾ ਖਾਣ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਹੋਸਪਿਟਲਾਈਜ਼ਡ ਹੋ ਰਹੇ ਨੇ। ਤੁਸੀਂ ਵੀ ਦੇਖਦੇ ਹੋ ਬਹੁਤ ਜ਼ਿਆਦਾ ਸਟਾਲਸ ਲੱਗੇ ਹੋਏ ਆ ਮੋਮੋਸ ਦੇ, ਥਾਂ ਥਾਂ ਤੇ ਸਟਾਲਸ ਲੱਗੇ ਹੋਏ ਨੇ, ਤੇ ਕਿਸੇ ਕਿਸੇ ਜਗ੍ਹਾ ਤੇ ਰੈਸਟੋਰੈਂਟਸ ਦੇ ਵਿੱਚ ਚਿਕਨ ਮੋਮੋਸ ਦੀ ਜਗ੍ਹਾ ਤੇ ਡੋਗ ਮੀਟ ਦਾ ਯੂਜ਼ ਹੋ ਰਿਹਾ, ਤੇ ਗੰਦੀਆਂ ਗੰਦੀਆਂ ਸਬਜ਼ੀਆਂ ਉਹਦੇ ਵਿੱਚ ਯੂਜ਼ ਕਰ ਰਹੇ ਨੇ, ਤੇ ਉਹਨੂੰ ਟੇਸਟੀ ਬਣਾਉਣ ਲਈ ਪਤਾ ਨਹੀਂ ਕੀ ਕੀ ਕਰਦੇ ਨੇ। ਮੈਦੇ ਦੇ ਵਿੱਚ ਵੀ ਕੈਮੀਕਲ ਯੂਜ਼ ਕਰਦੇ ਨੇ ਜਿਹਦੇ ਨਾਲ ਮੋਮੋ ਦਾ ਜਿਹੜਾ ਕਲਰ ਆ ਉਹ ਹੋਰ ਵਾਈਟ ਹੋ ਜਾਵੇ ਤੇ ਉਹ ਹੋਰ ਸੌਫਟ ਹੋਵੇ, ਜਿਹਦੀ ਵਜ੍ਹਾ ਦੇ ਨਾਲ ਤੁਹਾਨੂੰ ਪੈਨਕਰੀਆਸ ਦੀ ਸ਼ਿਕਾਇਤ ਆਉਣ ਲੱਗ ਜਾਂਦੀ ਆ। ਇਹਨੂੰ ਹੋਰ ਟੇਸਟੀ ਬਣਾਉਣ ਦੇ ਲਈ ਅਜੀਨੋ ਮੋਟੋ ਦਾ ਯੂਜ਼ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਫਾਸਟ ਫੂਡ ਮਟੀਰੀਅਲਸ ਦੇ ਵਿੱਚ ਅਜੀਨੋ ਮੋਟੋ ਨੂੰ ਯੂਜ਼ ਕਰਦੇ ਨੇ, ਤੇ ਉਹਦੇ ਨਾਲ ਜਿਹੜੀ ਆ ਤੁਹਾਡੀ ਸਟਮਕ ਇਨਫੈਕਸ਼ਨ ਆ ਜਿਹੜੀ ਹੋਣੀ ਸਟਾਰਟ ਹੋ ਸਕਦੀ ਆ। ਕੋਸ਼ਿਸ਼ ਕਰੋ ਹੈਲਦੀ ਫੂਡ ਖਾਓ, ਹੋਮਮੇਡ ਫੂਡ ਖਾਓ, ਬਾਹਰਲੀਆਂ ਚੀਜ਼ਾਂ ਨੂੰ ਅਵੋਇਡ ਕਰੋ।